ਛਾਲ ਮਾਰੀ ਤਾਂ ਪਿਓ ਨਾ ਜੀ ਪਹਿਲੀ ਵਾਰੀ ਬਹਿਣ ਗਏ ਅੱਗੇ ਹੋਈ ਜਾਂ ਕੁਝ ਨਹੀਂ ਹੁਣ ਛਾਲ ਮਾਰੋ ਪਰੋ ਚਲੋ ਜੀ ਬੱਲੇ ਬੱਲੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੀਕੁਮ ਮਾੜੀਓ ਭੈਣੋ ਅਤੇ ਮਾੜੇ ਭਰਾਓ ਕੁਝ ਸਾੜੀਆਂ ਸੁਣੋ ਅਤੇ ਕੁਝ ਆਪਣੀਆਂ ਸੁਣਾਓ ਅੱਜ ਮੌਜੂਦ ਹਾਂ ਅਸਾਂ ਸਮਲੋਠਾ ਅਤੇ ਬੜੀ ਖੂਬਸੂਰਤ ਨਜ਼ਰ ਆਈ ਅਸਾਂ ਕਿ ਇਹ ਕਹਿ ਹੁਣੇ ਹੁਣੇ ਰਾਜ ਸਾਹਿਬ ਇਸਕੀ ਸਰਿਆਂ ਸਰਿਆਂ ਨਜ਼ਰ ਆਈ ਤਾਂ ਪਤਾ ਨਹੀਂ ਸਾਡੀ ਇੱਕ ਮਾਸੀ ਸੀ ਉਹਨਾਂ ਬੜੀ ਮਿਹਨਤ ਕਰੀ ਲਾਈ ਤਾਂ ਆਪਾਂ ਹੈ ਚਲੋ ਉਸਕੀ ਥੋੜ੍ਹਾ ਜਿਹਾ ਕਰੋ ਇਹ ਬੜੀ ਇਹਤਿਆਤ ਨਾਲ ਕਰਨੇ ਹਾਂ ਬਰਬਾਦ ਨਾ ਹੋਇਆ ਲੇਕਿਨ ਫਿਰ ਵੀ ਇਹ ਰਾਜ ਸਾਹਿਬ ਦੱਸੀ ਉਹ ਕੀਤੀ ਭੈੜਿਆ ਆ ਬਰਬਾਦ ਇਹਨਾਂ ਫਿਰ ਸਾਡੇ ਪਰ ਮਾਸੀ ਮੱਥਾ ਲਾਈ ਉਹਨਾਂ ਅਸਾਂ ਇੱਥੇ ਹੀ ਖਲਤੇ ਹਾਂ ਅਸਾਂ ਅੱਗੇ ਘੋਣੀ ਗਏ ਕੁਦਰ ਹੈ ਵੀ ਅਤੇ ਇਹ ਜਿਹੜੀ ਚੀਜ਼ ਬਰਬਾਦ ਹੋਈ ਨਾ ਇਹ ਭੈੜੇ ਆਏ ਸੀ ਉਹਨਾਂ ਕੀਤੀ ਤਾਂ ਅਸਾਂ ਬੜੀ ਜਗ੍ਹਾ ਮਾਸੂਮ ਤਰੀਕੇ ਨਾਲ ਬੜੀ ਇੱਕ ਜਗ੍ਹਾ ਖਲੀ ਨਾ ਇਤਿਹਾਤ ਇਤਿਹਾਤ ਨਾਲ ਅਸਾਂ ਵੀਡੀਓ ਬਣਾਉਣੇ ਲਿਆਗਾ ਅਸਾਂ ਕਿ ਕੁਝ ਨਹੀਂ ਆਉਣਾ ਤਾਂ ਅੱਜ ਮੌਜੂਦ ਆ ਸਮਲੋਠਾ ਅਤੇ ਕਲਵੜੀ ਜਾਈ ਰਹੇ ਸੀ ਤਾਂ ਰਸਤੇ 'ਚ ਬੜੀ ਖੂਬਸੂਰਤ ਨਜ਼ਰ ਆਈ ਤਾਂ ਸੋਚਿਆ ਕਿ ਤੁਸੀਂ ਕੀ ਦੱਸੀ ਉਹਨਾਂ ਜੁਲਨੇ ਆ ਗਿਆ ਚੈੱਕ ਕਰਨੇ ਆ ਕਿਆ ਕਿਆ ਚੀਜ਼ਾਂ ਆਈਆਂ ਚਲੋ ਰਾਤ ਰਾਜ ਸਾਹਿਬ ਇਹ ਚੀਜ਼ ਕਹੀ ਹੈ ਮੈਂ ਕਿ ਦੱਸੋ ਜੀ ਚੁੰਟੀ ਹੈ ਜੀ 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 ਨੀਂਦਰੀਆਂ ਇੱਕ ਤਾਂ ਚੁੰਟੀ ਗਈਆਂ ਪਤਾ ਚੱਲੀਆਂ ਜੀ ਪਹਿਲੀਆਂ ਨਹੀਂ ਹੋਣੀਆਂ ਗੀਆਂ ਨਵਾਂ ਸੂਟ ਲਾਇਆ ਸਾ ਜੇ ਜ਼ਾਲਮਾ ਬਰਬਾਦ ਕਰੀ ਉਹਨੇ ਕਸਮੇ ਰਸ਼ ਸਾਹਿਬ ਤੁਸੀਂ ਕੀ ਬੰਦਾ ਗੰਨੇ ਲਾਉਣੇ ਵਾਸਤੇ ਚੰਗਾ ਜਿਹਾ ਮੋਟਾ ਜਿਹਾ ਲੋੜਾ ਬਰਾ ਅਗਰ ਸਾਹਿਬ ਨੂੰ ਤਾਂ ਕੋਣ ਕੀ ਹੈ ਕੱਢਿਆ ਨੇ ਖਜ਼ਾਨਾ ਪੱਟਿਆ ਪਹਾੜ ਦਾ ਵਿੱਚ ਨਿਕਲਦਾ ਗੰਨਾ ਨਾ ਮੰਜੀਆਂ ਵਸਤਾ ਰਾਂਦੇ ਤੇ ਤੁਸਾਂ ਜਨਾਬ ਆਪਣਾ ਕੰਮ ਕਮਾਈ ਹੁੰਦਾ ਮੰਜੀਆਂ ਵਿਚਾਰੀਆਂ ਕਿਆ ਖਾਸ ਸਾਗਰ ਸਾਹਿਬ ਸਾਗਰ ਸਾਹਿਬ ਵੈਸੇ ਪਤਾ ਨਹੀਂ ਕੰਮ ਹੈ ਟਰੱਕ ਹੈ ਪਰ ਕਹਿੰਦਾ ਨਾ ਬੈਠੇ ਪਾਈ ਹੋ ਰੰਗ ਕਹਿੰਦਾ ਉਹ ਨਾ ਨਾ ਉੱਥੇ ਨਹੀਂ ਉੱਥੇ ਨਹੀਂ ਮੈਂ ਜਿਸ ਟਰੱਕ ਵਾਲੇ ਸਿੱਟਾ ਪਿਆ ਸਾਗਰ ਸਾਹਿਬ ਇਜਾਜ਼ਤ ਕਿਉਂ ਨਹੀਂ ਲੈਣੀ ਸਰ ਨਾ ਨਾ ਮੁੰਨੇ ਜੀ ਲਾਣੀ ਸਾਗਰ ਸਾਹਿਬ ਇਹ ਹੈ ਟਰੱਕ ਪਹਿਲੀ ਵਾਰੀ ਬੈਠੇ ਹਾਂ ਪਿੱਛੇ ਸੀ ਬਗੈਰ ਬਾਬਾ ਕੋਲ ਨਾ ਇਹ ਟਰੱਕ ਹੈ ਮਾਸ਼ਾਅੱਲਾ ਪਹਿਲੀ ਵਾਰੀ ਟਰੱਕ ਇਹਨੀ ਸਵਾਰੀ ਕੀਤੀ ਹੈ ਅਤੇ ਇਹ ਅੰਦਰੂਨੀ ਸੁਣਾ ਮੰਜ਼ਰ ਹੈ ਇਹ ਬੈਕ ਸੀਟ ਹੈ ਇਸ ਲਈ ਜੇ ਲੰਮੇ ਜਗ੍ਹਾ ਬੈਠਾ ਨੇ ਡਰਾਈਵਰ ਦੀ ਸੀਟ ਹੈ ਉਹ ਸੀ ਕਿਆ ਦੱਸਾਂ ਕਿ ਇੱਕ ਬਾਗਿਆ ਨਾ ਬੈਠਾ ਸੋਹਣਾ ਸ਼ੀਸ਼ਾ ਨਹੀਂ ਇਹ ਬਾਕੀ ਬਟਨ ਬੜੀ ਖੁਸ਼ੀ ਹੈ ਦਿਸਣਾ ਸਹੀ ਕਰੀਦਾ ਹਾਏ ਹਾਏ ਮਜ਼ਾ ਆਈ ਗਿਆ ਚੱਸ ਆਈ ਗਿਆ ਕਸਮ ਇਹ ਜਨਾਬ ਲੈਣੇ ਆ ਇਸਨੇ ਟਰੱਕਾਂ ਪਰ ਲੈਣਾ ਤੇ ਪਹਾੜਾਂ ਪਰ ਛਾਲ ਮਾਰਨਾ ਇਹ ਕਈ ਗੱਲ ਹੈ ਇਹ ਨੱਥੀ ਬਣਾਇਆ ਰਾਜਾ ਬਾਦਲ ਮਾਸੋ ਇੱਥੋਂ ਰੱਖੋ ਪੈਰ ਅਤੇ ਦਾ ਨੀਚੇ ਠੀਕ ਹੈ ਸਰ ਜੀ ਬੜੀ ਮਿਹਰਬਾਨੀ ਪੁੱਛੋ ਖੋਤੀ ਨੂੰ ਖੋਤੀ ਪੁੱਛੋ ਮੈਂ ਕਿਤੇ ਲਾਉਣਾ ਸਿੱਧਾ ਕਰੋ ਸੜਕਾਂ ਪਰ ਆਉਣਾ ਬੇਟਾ
ਅੱਖਲ ਨਹੀਂ ਕੋਨੇ ਨਸੂਸੀ ਨੇ ਤਿਆੜੀ ਬਣੀ ਰੱਖੇ ਡਰਾਟੀ ਵੀ ਨੇ ਚੱਲ ਮਾਰੋ ਨਾ ਜੀ ਡਰੈਕਟ ਖੁਸ਼ ਵੇ ਖੁਸ਼ ਵੇ ਖੋਤੀ ਰੇਸ ਲਾਸੀ ਖੋਤੀ ਮਸ਼ਹੂਰ ਕਰੂੰਗਾ ਉਛਾਲ ਮਾਰੀ ਤਾਂ ਪਿਓ ਨਾ ਜੀ ਪਹਿਲੀ ਵਾਰੀ ਬਹਿਣ ਗਏ ਉਛਾਲ ਮਾਰੋ ਪੜੋ ਚਲੋ ਜੀ ਕੈਮਰਾਮੈਨ ਸਾਡੇ ਲਵੜੀ ਨਹੀਂ ਮਸਜਿਦ ਨਹੀਂ ਵੀਡੀਓ ਸਭ ਬਣਾਉਣ ਲੱਗੇ ਸੀ ਲੇਕਿਨ ਨਹੀਂ ਬਣਦੀ ਹੈ ਕਿਉਂਕਿ ਪਾਣੀ ਬਹੁਤ ਬਹੁਤ ਜ਼ਿਆਦਾ ਆ ਲਿਹਾਜ਼ਾ ਚਲੋ ਨੈਕਸਟ ਕਦੇ ਆਏ ਹਾਂ ਤਾਂ ਤੁਸੀਂ ਕੀ ਦੱਸਾਂ ਮਸਜਿਦ ਪੂਰੇ ਨਾ ਵਿਊ ਪਾਣੀ ਵਿੱਚ ਰਸ਼ ਸਭ ਵਿੱਚ ਹੀ ਹੈ ਨਾ ਪਾਣੀਆਂ ਨੇ ਜਰਾਬਾਂ ਦੇ ਸਾਹਮਣੇ ਮਾਥੋਂ ਕੋਈ ਫਟੀਆਂ ਹੋਈਆਂ ਮੈਂ ਕੀ ਲੈ ਦਿੰਦਾ ਵਾ ਸਭ ਦੇ ਵਿੱਚ ਹੀ ਜਾਂ ਕਿਉਂ ਨਹੀਂ ਸਾਗਰ ਸਾਹਿਬ ਫਟੀ ਚੀਜ਼ ਵਿੱਚ ਨਹੀਂ ਇਸ਼ਨੀ ਜੀ ਇਨਸ਼ਾਅੱਲਾ ਜੀ ਅੱਜ ਦੀ ਵੀਡੀਓ ਜਿਹੜੀ ਸੀ ਖੂਬ ਮਸਤੀ ਸੀ ਫਨ ਸਾ ਅਤੇ ਬਾਕੀ ਕੋਈ ਹੋਰ ਜਗ੍ਹਾ ਕੋਈ ਦੱਸਿਆ ਹੈ ਕੋਈ ਜਗ੍ਹਾ ਹੀ ਨਹੀਂ ਲੱਭੀ ਰਹੀਆਂ ਕਿਹੜੀ ਜਗ੍ਹਾ ਜਾਇਆ ਜੇ ਜਗ੍ਹਾ ਹੀ ਮੁੱਕੀ ਗਈਆਂ ਕਸਮ ਗੰਨਾ ਪਹਿਲੇ ਐਵੇਂ ਲਾਉਣ ਦੇ ਹਨ ਸਰਦੀ ਲਈ ਕਿਤੇ ਪੁੱਟੀ ਤਾਂ ਨਹੀਂ ਲਈ ਜੇ ਗੰਨਾ ਖਾਣੇ ਕਸਮੇ ਵਲੈਤ ਨਹੀਂ ਆ ਜਰਾਬਾਂ ਨਹੀਂ ਨੁਕਸਾਨ ਨਾ ਸਿੱਧੀਆਂ ਪਤਾ ਚੱਲੀਆਂ ਕਿਹੜੀ ਸਰਦੀ ਦੇ ਨਾ ਪੁੱਟੀ ਪਤਾ ਚੱਲ ਅੱਛਾ ਬੁੰਗ ਜ਼ਿਆਦਾ ਸੋਹਣਾ ਖੋਤੀ ਮਿਲੀ ਗਈ ਨਾ ਤਾਂ ਵੀਡੀਓ ਫਿਰ ਜਾਰੀ ਰਹੀ ਸੀ ਨਹੀਂ ਤਾਂ ਹਾਂਜੀ ਰਸਬ ਛਿੱਲੋ ਨਾ ਤੇਰਾ ਗੰਨੇ ਕੀ ਕਿਸ ਤਰੀਕੇ ਛਿੱਲੇ ਦੋਵਾਂ ਹੱਥ ਲਾਣਾ ਨਾ ਬੰਦਾ ਦੋਵੇਂ ਹੱਥਾਂ ਨਾਲ ਛਿੱਲਣ ਹੱਥਾਂ ਨਾਲ ਮੂੰਹ ਨਾਲ ਸਿਰਫ ਛਿੱਲੋ ਗੰਨਾ ਮੂੰਹ ਨਾਲ ਜਦ ਤੱਕ ਨਾ ਛਿੱਲੋ ਸਵਾਦ ਨਹੀਂ ਛਿੱਲਿਆ ਘਣੇ ਕਸਮ ਨਾਕਾਮ ਹੋ ਤੁਸਾਂ ਜਿਸਲੇ ਗੰਨਾ ਨਹੀਂ ਸਾ ਕੋਲ ਅੱਧਾ ਛਿੱਲਿਆ ਸਹੇ ਬੇਮਾਨੀ ਹੈ ਦੂਈ ਸਾਈਡ ਤੁਸਾਂ ਤਾਂ ਆਈ ਨਾ ਚੱਕ ਮਾਰਨ ਮੂੰਹ ਕੀ ਬਣਾਉਣੇ ਆ ਪੰਜਾਬ ਵੀ ਤਾਂ ਮਾਰਸਨ ਅਸੀਂ ਪੰਜਾਬੀ ਅਮੀ ਦਿਓ ਪੈਸਾ ਛਿੱਲੀ ਨਾ ਮੀ ਦੱਸੋ ਬੜਾ ਤਾਲ ਮੈਂ ਪ੍ਰਾਥਨਾ ਤੁਸਾਂ ਰਾਸਾ ਬਈਓ ਫੇਲ ਮਾੜੇ ਜਿਹੜੇ ਨੀ ਨਾਨਕੇ ਪੰਜਾਬੀ ਜੇ ਮੈਂ ਖਾਣਾ ਲੈਣਾ ਮੀ ਪਤਾ ਕਿਸ ਤਰ੍ਹਾਂ ਛਿੱਲੀਦਾ ਗੰਨਾ ਕਸ਼ਮੀਰੀ ਲੈਣਾ ਟੀਠ ਲੈਣਾ ਹੈ ਪੰਜਾਬੀ ਗੰਨੇ ਹੋਰ ਹੋਏ ਛਿੱਲੋ ਮਿਲੇ ਛਿੱਲੇ ਜਾਣੇ ਆਏ ਹਾਏ ਕਿਵੇਂ ਪੰਜਾਬੀ ਰੰਗ ਵਿੱਚ ਬਣਾ ਹੈ ਕਸ਼ਮੀਰੀ ਗੰਨਾ ਹੈ ਯਾਰ ਦੰਦ ਨਹੀਂ ਹੈ ਕਸਮ
ਬਾੜੀ ਹੋਣਾ, ਵਿੱਚ ਬਾੜੀ ਹੋਣਾ, ਥੋੜ੍ਹਾ ਬੰਦਾ ਭਜਾ ਕਰ ਅਈਆਂ ਚੀਲੇ ਤੱਕਿਆ ਨੇ ਪਤਾ ਚੱਲਣਾ ਗੇ ਪੰਜਾਬੀ ਚੀਲੇ ਪੰਜਾਬੀ ਗਾਣਾ ਖਾਣਾ ਲਾਂ ਫਾਲਦਾ ਹੁੰਦਾ ਕਿ ਅਈਆਂ ਕਹੇਗਾ ਮੰਜੀ ਵਾਲੇ ਗੰਨੇ ਉਹਨਾਂ ਦਿੱਤੇ ਸੀ ਅੱਕੇ ਮਾਰੋ ਇਹਦੇ ਕੋਲ ਜੀ ਸੁਣਾਇਆ ਕਸ਼ਮੀਰੀ ਗੰਨਾ ਨਹੀਂ ਆ ਪੰਜਾਬੀ ਆ ਪੰਜਾਬ ਤੋਂ ਆਉਂਦਾ ਉਹਨਾਂ ਗੰਨੇ ਦਿੱਤੇ ਸੀ ਕਿਤੇ